ਸ੍ਰੀਕਾਲ ਸਾਰੇ ਭਾਈਆਂ ਨੂੰ ਬਾਈ। ਮੈਂ ਸੁਖਵੀਰ ਡਾਂਡਾ, ਗਾਂਵ ਲਿਤਾਣੀ, ਜ਼ਿਲ੍ਹਾ ਹਿਸਾਰ, ਹਰਿਆਣਾ ਸੇ। ਇਹ ਆਪਣਾ ਯੂਟਿਊਬ ਕਾ ਚੈਨਲ ਹੈ ਜੋ ਆਪ ਦੇਖ ਰਹੇ ਹੈ। ਇਸਕੋ ਲਾਈਕ ਕਰੇਂ, ਸ਼ੇਅਰ ਕਰੇਂ, ਸਬਸਕ੍ਰਾਈਬ ਕਰੇਂ। ਇਹ ਇੱਕ ਚਾਰ ਦਾਂਤ ਝੋਟੀ ਹੈ ਬਾਈ ਆਪਣੇ ਪਾਸ। ਝੋਟੀ ਕੀ ਡਿਲੀਵਰੀ ਹੋਣੇ ਵਾਲੀ ਹੈ, ਆ ਜੋ ਕੱਲ ਕੋ ਜੋ ਝੋਟੀ ਬਿਆਣੇ ਵਾਲੀ ਹੈ। ਝੋਟੀ ਛੋਟੇ ਸੀਂਗ ਕੀ ਹੈ, ਉੱਚਾਈ ਲੰਬਾਈ ਵੀ ਅੱਛੀ ਹੈ ਝੋਟੀ ਮੇਂ। ਝੋਟੀ ਨੇ ਥੋੜ੍ਹਾ ਹਾ ਬਾਲ ਡਾਲੀ ਹੋਈ ਹੈ, ਬਾਓ ਬਾਦੀ ਬੋਲਦੇ ਹੈ ਜਿਸਕੋ, ਘੁੰਮਦਾ ਫਿਰਦਾ ਬਾਓ ਹੈ। ਇਹ ਦੇਖੋ ਜੀ, ਥੋੜ੍ਹਾ ਬਾਓ ਡਾਲੇ ਹੋਏ ਪਿੱਛੇ ਕੀ ਤਰਫ। ਆਰਡਰ ਕੀ ਚੁੜਾਈ ਬਹੁਤ ਹੈ ਝੋਟੀ ਕੀ, ਔਰ ਥਣੋ ਕੀ ਕੁਆਲਿਟੀ ਵੀ ਇੱਕ ਨੰਬਰ ਕੀ ਹੈ। ਝੋਟੀ 'ਚ ਉਮੀਦ ਅੱਛੀ ਹੈ ਬਈ, ਅੱਛਾ ਦੁੱਧ ਨਿਕਾਲੇਗੀ। ਥਣੋ ਕਾ ਗੈਪ ਬਹੁਤ ਅੱਛੀ ਹੈ, ਅੱਛਾ ਮੁਠੀਆ ਥਣ ਲੱਗਿਆ ਹੋਇਆ ਹੈ। ਭੈਂਸ ਕੀ ਵੀ ਅੱਛੀ ਕੀ ਹੈ ਜੀ, ਗਾਓ ਸੇ ਹੀ ਲੀ ਹੈ, ਅੱਛੀ ਭੈਂਸ ਕੀ ਹੈ। ਉਮੀਦ ਕਰੇਂਗੇ ਕਿ ਬਈ ਦੁੱਧ ਮੇਂ ਵੀ ਅੱਛੀ ਨਿਕਲੇ, ਕਿਉਂ ਉਮੀਦ ਪੇ ਹੀ ਦੁਨੀਆ ਕਾਇਮ। ਇਹ ਦੇਖੇ ਆਰਡਰ ਕੀ ਚੁੜਾਈ ਬਹੁਤ ਜ਼ਿਆਦਾ ਹੈ, ਘੁੰਮਤਾ ਫਿਰਤਾ ਬਾਓ ਹੈ ਝੋਟੀ ਕੇ। ਝੋਟੀ ਫੋਰ ਸੇਲ ਹੈ, ਜੋ ਵੀ ਬਾਈ ਲੈਣੇ ਕਾ ਇੱਛੁਕ ਹੈ ਉਹ ਮੈਂ ਆਪਣਾ ਨੰਬਰ ਡਾਲ ਦੂੰਗਾ ਇਸਮੇਂ, ਜੋ ਲੈਣੇ ਕਾ ਇੱਛੁਕ ਹੈ ਉਹ ਸੰਪਰਕ ਕਰ ਸਕਤਾ। ਝੋਟੀ ਕਾ ਭਾਓ ਹੈ ਜੀ 1,30,000 ਰੁਪਏ, ਕੋਈ ਵੋ ਨਹੀਂ ਹੈ, ਜਾਇਜ਼ ਭਾਓ ਹੈ, ਮੇਰੀ ਤਰਫ ਸੇ ਤੋ ਜਾਇਜ਼ ਹੈ, ਔਰ ਵੋ ਲੈਣੇ ਵਾਲੇ ਕੀ ਇੱਛਾ ਹੋਤੀ ਹੈ। ਕਿਉਂ ਇੱਕ ਅੱਧ ਭਾਈ ਕਹਿ ਦਿੱਤਾ ਕਿ ਬਈ ਆਪਣੇ ਭਾਓ ਨਹੀਂ ਡਾਲਿਆ, ਬਈ ਭਾਓ ਡਾਲਦੇ ਤੋ ਵੀ ਦਿੱਕਤ ਰਹਿਤੀ, ਨਹੀਂ ਡਾਲੇ ਤੋ ਵੀ ਦਿੱਕਤ ਰਹਿਤੀ ਹੈ, ਕਿਉਂ ਉਸਮੇ ਇਹ ਹੋਤਾ ਕਿ ਅੱਗੇ ਲੈ ਜਾਣੇ ਵਾਲਾ ਕਈ ਵਾਰ ਵਪਾਰੀ ਲੈ ਜਾਤਾ, ਉਹ ਕਹਿਤਾ ਕਿ ਆਪਣੇ ਰੇਟ ਸ਼ੋ ਕਰ ਦਿਆ। ਤੋ ਝੋਟੀ ਕਾ ਭਾਓ ਆਪਣੀ ਤਰਫ ਸੇ 1,30,000 ਰੁਪਏ ਹੈ ਜੀ, ਵਿਆਹਣੇ ਵਾਲੀ ਹੈ ਝੋਟੀ 'ਚ, ਉਮੀਦ ਅੱਛੀ ਹੈ ਕਿ ਬਈ ਅੱਛੀ ਨਿਕਲੇਗੀ, ਕਿਉਂ ਮਾਂ ਅੱਛੀ ਹੈ ਇਸਕੀ, ਦੁੱਧ ਕੀ ਹੈ ਅੱਛੇ ਦੁੱਧ ਕੀ ਹੈ ਇਸਕੀ ਮਾਂ। ਝੋਟੀ ਕੇ ਆਰਡਰ ਕੀ ਚੁੜਾਈ ਬਹੁਤ ਹੈ ਜੀ, ਚਲੋ ਔਰ ਦੇਖੋ ਵੀ ਕੈਸੀ ਨਿਕਲਤੀ ਹੈ, ਕਿਉਂ ਖਰ ਕੇ ਬਿਆਂਤ ਕਾ ਜੋ ਪਹਿਲੇ ਸੂਏ ਸੂਣੇ ਵਾਲਾ ਪਸ਼ੂ ਹੋਤਾ ਹੈ ਵੋ 1 ਮਹੀਨੇ ਤੱਕ ਬਣਤਾ ਹੈ, ਬਿਆਣੇ ਕੇ ਬਾਅਦ ਵੋ ਦੁੱਧ ਜਿਤਨਾ ਬਣਤਾ ਜਾਏਗਾ ਆਰਡਰ ਉਤਨਾ ਹੀ ਅੱਛਾ ਮਿਲਤਾ ਜਾਏਗਾ। ਝੋਟੀ ਕੇ ਥਣ ਥੁਣੋ ਕਾ ਬਹੁਤ ਸਪੇਸ ਹੈ, ਥਣ ਵੀ ਬਹੁਤ ਮੁਠੀਆ ਲੱਗਿਆ ਹੋਇਆ ਹੈ, ਤੋ ਉਮੀਦ ਇਹੀ ਹੈ ਕਿ ਬਈ ਝੋਟੀ ਬਹੁਤ ਅੱਛੀ ਨਿਕਲੇਗੀ। ਸਭੀ ਭਾਈਓ ਕਾ ਧੰਨਵਾਦ।